हैदरा धोती वाली गुमटी गार्डियन कोई मैं गार्डियन हाँ बच्ची की जिंदगी दे मामला च मेरे तो सवा कोई गल अगे पिछे नहीं चला सकता वजह की मैं जो चाहिए ओ होए ओए साडा उनां खून दा रिश्ता है उनां साडा खून एक है तू कौन है गार्डियन बन के दे आगे दे विच लत चल मार चल ओए ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਇਹੋ ਜਿਹਾ ਤੁਰਨਾਗਾ ਤੁਸੀਂ ਯਾਦ ਕਰੋਗੇ ਚਲੇ ਕੁੜੀ ਅੰਦਰ ਚਾਚਾ ਜੀ ਦੇਖੋ ਮੇਰੀ ਗੱਲ ਸੁਣੋ ਜੋ ਮਰਜ਼ੀ ਹੋਈਏ ਮੈਂ ਬਹੁਤ ਜਾਵਾਂ ਮੈਂ ਜ਼ੇਦ ਨਾਲ ਵਿਆਹ ਕਰਾਵਾਂਗੀ ਹੋਰ ਕਿਸ ਨਾਲ ਵਿਆਹ ਚਲ ਤੂੰ ਪਰ ਮੈਂ ਕਿਹਾ ਜੇ ਤੁਸੀਂ ਕਹੋਗੇ ਨਾ ਕਿਸੇ ਹੋਰ ਨਾਲ ਵਿਆਹ ਕਰਾਂ ਨਾ 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 ਤੂੰ ਜਾ ਕੇ ਸੈਨ ਕਿਸ ਨਾਲ ਵੀ ਵਿਆਹ ਕਰਾ ਲਾਂਗੇ ਜੇ ਤੁਸੀਂ ਕਹੋ ਮੈਂ ਕਿਸ ਨਾਲ ਵੀ ਵਿਆਹ ਕਰਾਂ ਓਏ ਸੈਨ ਦੇ ਨਾਂ ਦੀ ਮਹਿੰਦੀ ਲਾ ਤੋ ਉੱਥਾਂ ਤੇ ਕਿਉਂ ਸੈਨ ਦੇ ਨਾਂ ਦੀ ਮਹਿੰਦੀ ਲਾਵੇ ਸਾਡੇ ਮੁੰਡਿਆਂ ਦੇ ਹੱਥਾਂ ਨੂੰ ਮਹਿੰਦੀ ਲੱਗਦੀ ਓਏ ਫਰਾੜੀਓ ਤੁਸੀਂ ਯਤੀਮ ਬੱਚੀ ਨੂੰ ਤੰਗ ਕਰ ਰਹੇ ਹੋ ਮੈਂ ਨਹੀਂ ਹੋਵੇਗਾ ਕਿਉਂ ਪਾਗਲ ਹੋ ਗਿਆ दुनिया दे विच सब कुछ पैसा है पैसा ले अपना मुंह बंद करके बच्ची दी शादी मेरे पुत्र करा बकवास नहीं चाहिदी मैं ओ बंदा नहीं जेड़ा पैसे दे के जमा इधर आओ भाई साहब केडियां गल्लां च पए हो क्यों है ओ तुसी साडे नाल डील करो मैं तेरा मुंह नोटा ना भर देंगा ओए मेरे ते वक्त है मैं भी तेरा मुंह भर देंगा पता नहीं कादे नाल ओ कसुन मार के खून ना भर देंगा मैं ਉਹ ਮੁਕਾਜ ਸਾਡੇ ਨਾਲ ਮਕਾਉਣੀ ਮੁੰਡੇ ਵੇ ਮੇਰੇ ਨਾਲ ਵਿਆਹ ਕਰ ਬੱਚੀ ਜੋ ਚਾਹੇਗੀ ਉਹ ਹੋਏ ਜੋ ਤੂੰ ਚਾਹੇਗਾ ਉਹ ਹੋਏਗਾ ਵਿਆਹ ਮੇਰੇ ਪੁੱਤਰਾ ਕਰਾ ਦੇ ਕਦੀ ਵੀ ਨਹੀਂ ਹੋ ਸਕਦਾ ਪੈਸਾ ਮੂੰਹ ਮੰਗਾ ਓ ਨਹੀਂ ਯਾਰ ਤੁਸੀਂ ਜੋ ਮੂੰਹ ਕੱਢੇ ਓ ਤੁਸੀਂ ਮੇਰਾ ਮੁੱਲ ਨਹੀਂ ਲਾ ਸਕਦੇ ਓ ਕਿਉਂ ਨਹੀਂ ਤੇਰਾ ਮੁੱਲ ਲਾ ਸਕਦੇ ਵਿਆਹ ਮੇਰੇ ਮੁੰਡੇ ਨਾਲ ਕਰ ਲੈ ਮੈਂ ਤੈਨੂੰ 50 ਲੱਖ ਰੁਪਇਆ ਦੇਵਾਂਗਾ ਓਏ 50 ਲੱਖ 1 ਕਰੋੜ ਰੁਪਇਆ ਮੇਰੇ ਪੁੱਤਰ ਨਾਲ ਵਿਆਹ ਕਰਾ ਦੇ 1 ਕਰੋੜ ਰੁਪਇਆ 2 ਕਰੋੜ ਵਿਆਹ ਮੇਰੇ ਮੁੰਡੇ ਨਾਲ ਕਰਾ ਦੇ ਰੁਪਇਆ 4 ਕਰੋੜ ਵਿਆਹ ਮੇਰੇ ਮੁੰਡੇ ਨਾਲ ਕਰਾ ਦੇ 4 ਕਰੋੜ ਔਰ ਰੁਪਇਆ 8 ਕਰੋੜ ਤੇ ਵਿਆਹ ਮੇਰੇ ਮੁੰਡੇ ਨਾਲ ਕਰਾ ਦੇ ਰੁਪਇਆ 10 ਕਰੋੜ ਮੁੰਡੇ ਮੇਰੇ ਨਾਲ ਵਿਆਹ ਹੋਏਗਾ ਰੁਪਇਆ 12 ਕਰੋੜ ਤੇ ਵਿਆਹ ਮੇਰੇ ਮੁੰਡੇ ਨਾਲ ਕਰਾ ਦੇ ਰੁਪਇਆ 15 ਕਰੋੜ ਵਿਆਹ ਮੇਰੇ ਨਾਲ ਹੋਏਗਾ ਕੀ ਹੈ ਉਸ ਪਾਗਲ ਹੋ ਗਿਆ ਕਿਉਂ ਤੇਰੇ ਮੁੰਡੇ ਨਾਲ ਹੋਏਗਾ ਹਾਂ ਮੁੰਡੇ ਨਾਲ ਹੋਏਗਾ ਓਏ ਤੁਸੀਂ ਕਿਹੜੀਆਂ ਬੋਲੀਆਂ ਲਾਉਂਦੇ ਫਿਰਦੇ ਹੋ ਔਰ ਕਿੰਨੇ ਪੈਸੇ ਕੀਗਾ ਤੂੰ 15 ਕਰੋੜ ਰੁਪਇਆ 15 ਕਰੋੜ ਤੇ ਤੂੰ ਗਾਰਡੀਅਨ ਖਰੀਦੇਗਾ ਗਾਰਡੀਅਨ ਹਾਂ ਔਰ ਗਾਰਡੀਅਨ ਨਹੀਂ ਵਿਕਦਾ 15 ਕਰੋੜ ਚ ਔਰ 15 ਕਰੋੜ ਜੀ ਵਿਕਦਾ ਰੁਪਇਆ 18 ਕਰੋੜ ਕਰ ਲੈ 18 ਕਰੋੜ ਕਹਿ ਰਿਹਾ 18 19 ਕਰੋੜ ਰੁਪਇਆ 19 ਕਰੋੜ 20 ਕਰੋੜ ਰੁਪਇਆ ਡਨ ਕਰ ਦੇ ਤੇ 21 ਕਰੋੜ ਰੁਪਇਆ ਜੇ ਉਹ ਕੁੜੀ ਨਾ ਮੰਨੀ ਤੇ ਮੇਰੀ ਭੈਣ ਦਾ ਆਪਣਾ ਮੁੰਡਾ ਵਹਿ ਦੇ जिहड़ी साडे कोल नहीं ना रही अपने घर का खून सीटा कर लो जी सियाने कहते धीआं भैणां घरां च ही सोहणियां लगदियां चल कर डोली जा रही है ਓ ਭਾਈ ਤੂੰ ਵੀ ਅੰਦਰ ਆ ਗਿਆ ਤੇ ਦੇਖ ਲਾਂਗਾ ਕੌਣ ਆ ਦਿਲੇ ਦੂਲੇ ਮੀਆਂ ਕੇ ਦੂਲੇ ਮਿਆਉਂ ਹਾਂ ਉਹ ਆਪ ਕੇ ਬਾਹਰ ਕੋਈ ਫੈਮਿਲੀ ਹੈ ਮੇਰੇ ਨਾਲ ਕੋਈ ਪਤਾ ਨਹੀਂ ਅੱਡਾ ਬਾਤ ਸੇ ਆਏ ਲੋਕ ਉਹ ਫੈਮਿਲੀ ਫੁਮਲੀ ਹੁਣ ਸਾਡੀ ਕਿਹੜੀ ਇੱਥੇ ਉਹ ਮੈਂ ਗਾਉਣ ਵਜਾਉਣ ਵਾਲੀਆਂ ਬੁਲਾਈਆਂ ਕਿਆ ਓਏ ਯਾਰ ਇਹ ਕੁੜੀ ਤੇ ਆਈ ਐ ਮੈਂ ਤਕੱਲਫ ਹੀ ਕੀਤਾ ਓਏ ਯਾਰ ਕੁੜੀ ਤੇ ਮੇਰੇ ਨਾਲ ਵੀ ਚਿੱਟੀ ਓਏ ਹੋਏ ਇਹ ਕੁੜੀ ਆਈ ਤੇ ਪਿੱਛੋਂ ਬਦਲ ਵੀ ਆ ਗਿਆ ਅੱਬਾ ਵੇਲਾ ਇਹੋ ਜਿਹਾ ਸਾਡਾ ਕੋਈ ਪ੍ਰਾਹਣਾ ਨਹੀਂ ਮੈਂ ਘੜ ਵੀ ਵਜਾਵਾਂ ਤੇ ਹੱਥ ਵੀ ਨਾ ਆਵਾਂ
गड़वी भी बजावा ते हाथ भी ना लावा ए मुन्ने ਅਬਾ ਸੈਸਾ ਨਾ ਆ ਮੂੰਹ ਨਾ ਵਜਾਉਂਦਾ ਮੈਂ ਕਿਹਾ ਭਾਜੀ ਹਾਂ ਇਹ ਗਾਉਣ ਵਾਲੀ ਹੈ ਬਦਤਮੀਜ਼ਾ ਤੈਨੂੰ ਗਾਣੇ ਲੱਗਦੀ ਹੈ ਇਹ ਕੌਣ ਹੈ ਮੁੰਡੇ ਦੀ ਫੁੱਫੀ ਹੈ ਹੈਲੋ ਉਹ ਭਾਈ ਉਹ ਗਾਣੀਆਂ ਨਾ ਮੁੰਡੇ ਦੀ ਫੁੱਫੀ ਹੈ ਦੱਸਿਆ ਹੀ ਨਹੀਂ ਫੁੱਫੀ ਉਹ ਤੇਰਾ ਜਿਵੇਂ ਪਲਾਸਟਿਕ ਦੀ ਕੁੱਪੀ ਹੈ ਹੈ ਆਪੋ ਗਾਣਾ ਤਾਂ ਸੁਣਾਇਆ ਅੱਛਾ ਸਾ ਗਾਣਾ ਗੜਵੀ ਵਜਾਵਾ ਤੇ ਹੱਥ ਵੀ ਨਾ ਆਵਾ ਕੀ ਕਿਹਾ ਜੀ ਇਹ ਗੜਵੀ ਵਜਾਵਾ ਤੇ ਹੱਥ ਵੀ ਨਾ ਆਵਾ ਮੈਂ ਗੜਵੀ ਵੀ ਵਜਾਵਾ ਤੇ ਟੰਗਾ ਨਾ ਵਟਾਵਾ ਤੇ ਕੰਧ ਵੀ ਟੱਪ ਜਾਵਾ चोरा चोरा चोर मुस्तफा की कह रहे हो गड़वी बजावा ते हाथ भी ना आवा मैं गड़वी बजावा ते देन चढ़ावा ओ तेरे को कुंडी कुंडी नहीं बजदी की गड़वी चोरी तू है तेरे को खाली गुड्डी नहीं चढ़दी तू देन चढ़ावा जी गड़वी बजावा ते हाथ भी के जामा के जाई काम करना चाहिए ये गड़वी तू आप बजांदे हो हां जी नहीं क्यों हां जी आप बजाउन दे नाल चिब नहीं पै सकदे ओ यार चाचा ਕਿਸੇ ਅਣਜਾਣ ਨੇ ਵਜਾਈ ਤਜਰਬੇ ਦੀ ਗੱਲ ਹੈ ਤਜਰਬੇ ਇਹ ਜਿਹਨੂੰ ਨਹੀਂ ਵਜਾਉਣੀ ਸੀ ਨਾ ਉਹਨੇ ਵਜਾਈ ਹੈ ਸਹੀ ਗੱਲ ਇੱਕ ਗਾਰਡੀਅਨ ਮੇਰੇ ਨਾਲ ਹੋਰ ਮਸਲਾ ਕੀ ਮਸਲਾ ਤੇਰਾ ਇਹ ਜਦੋਂ ਆ ਗੜਬੀ ਵਾਲੇ ਵਜਾਉਂਦੇ ਆ ਆਵਾਜ਼ ਆਉਂਦੀ ਹੈ ਟਿਕ ਟਿਕ ਉਹ ਮੈਂ ਦੋ ਤਿੰਨ ਵਾਰੀ ਵਜਾਈ ਹੈ ਆਵਾਜ਼ ਆਉਂਦੀ ਹੈ ਬਬਕ 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 ਇਹਦੀ ਕੀ ਵਜ੍ਹਾ ਦਰਖਬਰ ਤੂੰ ਗੜਬੀ ਨਹੀਂ ਕਿਤੇ ਬਾਲਟੀ ਬੂਲਟੀ ਵਜਾ ਬੈਠਾ ਕਾਕਾ ਤੂੰ ਗੜਵੀ ਵੀ ਜਾ ਲੈਣਾ ਮੇਰੇ ਸਾਹਮਣੇ ਵੱਜਦੀ ਹੋਵੇ ਮੈਨੂੰ ਦੰਦੜ ਪੈ ਜਾਂਦੀ ਹੈ ਤੇ ਲਾੜਾ ਕੋਈ ਹੋਰ ਬਣਾ ਲਈਏ ਫਿਰ ਇਹ ਗੜਵੀ ਵਾਲੀ ਗੜਵੀ ਤੇ ਇਹ ਨਹੀਂ 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 ਖੁਦਾ ਕੇ ਲਈਏ ਕੀ ਕਹਿ ਰਹੀ ਆਪ ਕੀ ਹੁਆ ਕੀ ਕਹਤੀ ਹੈ ਨਹੀਂ ਮੈਨੂੰ ਪੁੱਛੀ ਜਾ ਰਹੀ ਤੇਰੇ ਕੋ ਪੱਕਾ ਸਿਗੜੇ ਗਿਆ ਦੇਖੋ ਯਾਰ ਅਸਲ ਚ ਨਾ ਜੇ ਤੁਸੀਂ ਮਹਿਮਾਨ ਕਿਹੋ ਜੇ ਬਰਾ ਯਾਰ ਇਹ ਤਾਂ ਮੈਨੂੰ ਪਹਿਲੇ ਵੀ ਸ਼ੱਕ ਆ ਵੀ ਇਹ ਪੀਂਦੀ ਹੈ ਜੀ ਆਪ ਕੁਝ ਕਹਿ ਰਹੀ ਸੀ ਤੇ ਤੂੰ ਗੜਵੀ ਵਜਾ ਲੈਣਾ ਮੈਂ ਤਾਂ 3 ਵਜਾ ਦਿੰਦਾ ਲੈ ਬਹੁਤ ਅੱਛੇ ਆਪਣਾ ਹਰਕੁਲੇਸ ਬਈ ਕੋ ਗਾਣਾ ਬਾਣਾ ਗੱਡੀ ਆਈ ਤੇ ਲੈ ਗੜੀ ਤੁਸੀਂ ਆਪਣਾ ਰਾਸ਼ਨ ਸ਼ੇਰ ਮਗਰ ਹੋਣੇ ਚਾਹੀਦੇ ਨੇ ਇਹ ਗੜੀ ਬੱਚੇ ਦੇ ਆਵਾਜ਼ ਆਉਂਦੀ ਏ ਇਹ ਉਹ ਆਵਾਜ਼ ਨਹੀਂ ਜਿਹੜੀ ਤੁਹਾਡੇ ਘਰੋਂ ਆਉਂਦੀ ਏ ਤੁਹਾਨੂੰ ਗੜੀ ਜਾਉਂਦੀ ਤੁਹਾਨੂੰ ਜਾਜ ਨਹੀਂ ਗੜੀ ਜਾਉਂਦੀ ਆਵਾਜ਼ ਹੋਰ ਆਵਾਜ਼ ਬੰਦ ਕਰ ਦਿਓ ਬਸ ਆਪ ਕੋਈ ਗਾਣਾ ਸੁਣਾਏ ਅੱਛਾ ਸਾ ਦੇਖੋ ਰੇਸ਼ਮਾ ਜੀ पूरा बाजार नहीं घूमा है बच्ची जेड़ा गाला गुड़ा सुनना होनी सुन ला बाद नहीं सुन देना हाँ जी। तो बाद तड़फदा है कोई।